ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਨੂੰ ਸਮਰਪਿਤ ਆਜ਼ਾਦੀ ਕਾ ਸਫਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪਰਮੰਨੇ ਅਤੇ ਗੁਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ ਅੱਜ ਦੀ ਗੱਡ ਵਿੱਚ ਅਸੀਂ ਤੁਹਾਨੂੰ ਭਾਰਤ ਦੇ ਮੁੜ ਜਾਗਰਣ ਯੁੱਗ ਦੀ ਇੱਕ ਮਹਾਨ ਹਸਤੀ ਈਸ਼ਵਰ ਚੰਦਰ ਵਿਦਿਆ ਸਾਗਰ ਬਾਰੇ ਦੱਸਾਂਗੇ ਈਸ਼ਵਰ ਚੰਦਰ ਵਿਦਿਆ ਸਾਗਰ ਦਾ ਅੱਜ ਜਨਮ ਦਿਨ ਵੀ ਹੈ ਪੇਸ਼ ਹੈ ਇੱਕ ਰਿਪੋਰਟ ਅੱਜ ਅਸੀਂ ਗੱਲ ਕਰਾਂਗੇ 19ਵੀਂ ਸਦੀ ਵਿੱਚ ਭਾਰਤ ਦੇ ਮੋੜ ਜਾਗਰਣ ਯੁੱਗ ਦੀਆਂ ਮਹਾਨ ਹਸਤੀਆਂ ਵਿੱਚੋਂ ਇੱਕ ਈਸ਼ਵਰ ਚੰਦਰ ਵਿਦਿਆਸਾਗਰ ਦੀ। ਉਹਨਾਂ ਦਾ ਜਨਮ 26 ਸਤੰਬਰ 1820 ਨੂੰ ਹੋਇਆ ਸੀ। ਸਮਾਜ ਦੇ ਪ੍ਰਤੀ ਆਪਣੇ ਅਨੋਠੇ ਯੋਗਦਾਨ ਲਈ ਈਸ਼ਵਰ ਚੰਦਰ ਦਾ ਨਾਮ ਭਾਰਤੀ ਇਤਿਹਾਸ ਵਿੱਚ ਅਮਰ ਹੈ। ਉਹ ਸਮਾਜ ਸੁਧਾਰਕ ਬਰਤਾਨਵੀ ਹਕੂਮਤ ਦੇ ਵਿਰੋਧੀ ਤੇ ਪਰਉਕਾਰੀ ਵਿਅਕਤੀ ਸਨ ਮਹਾਨ ਸਿੱਖਿਆਕ ਤੇ ਲੇਖਕ ਵਿਦਿਆਸਾਗਰ ਨੂੰ ਬਾਂਗਲਾ ਗੱਦ ਦਾ ਜਨਕ ਵੀ ਮੰਨਿਆ ਜਾਂਦਾ ਏ ਉਹਨਾਂ ਨੇ ਬਾਂਗਲਾ ਅੱਖਰਾਂ ਨੂੰ ਵਾajib ਸੌਖਾ ਤੇ ਆਧੁਨਿਕ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਈਸ਼ਵਰ ਚੰਦਰ ਦਾ ਜਨਮ ਵੀਰ ਸਿੰਘ ਪਿੰਡ ਵਿੱਚ ਹੋਇਆ ਸੀ ਜੋ ਹੁਣ ਮਿਦਨਾਪੁਰ ਜ਼ਿਲ੍ਹੇ ਵਿੱਚ ਹੈ ਵਿਦਿਆਸਾਗਰ ਬਚਪਨ ਤੋਂ ਹੀ بڑے ਹੋਣ ਹਾਰ ਸਨ ਉਹਨਾਂ ਦੀ ਪਰਿਵਾਰਕ ਹਾਲਤ ਠੀਕ ਨਹੀਂ ਸੀ ਘਰ ਵਿੱਚ ਕਾਇਦੇ ਨਾਲ ਦੀਵਾ ਜਗਾਉਣ ਤੱਕ ਦਾ ਇੰਤਜ਼ਾਮ ਨਹੀਂ ਸੀ ਪਰ ਅਜਿਹੇ ਹਾਲਾਤ ਵਿੱਚ ਵੀ ਵਿਦਿਆਸਾਗਰ ਨੇ ਹਾਰ ਨਹੀਂ ਮੰਨੀ ਤੇ ਸਟਰੀਟ ਲਾਈਟ ਵਿੱਚ ਪੜ੍ਹਾਈ ਕੀਤੀ ਪੜ੍ਹਾਈ ਵਿੱਚ ਉਹ ਬੇਹੱਦ ਤੇਜ਼ ਸਨ ਉਹਨਾਂ ਸਾਰੀਆਂ ਪ੍ਰੀਖਿਆਵਾਂਾਂ ਬੜੇ ਚੰਗੇ ਨੰਬਰਾਂ ਨਾਲ ਪਾਸ ਕੀਤੀਆਂ 1839 ਵਿੱਚ ਈਸ਼ਵਰ ਚੰਦਰ ਵਿਦਿਆਸાગਰ ਨੇ ਕਾਨੂੰਨ ਦੀ ਪ੍ਰੀਖਿਆ ਸੰਸਕ੍ਰਿਤ ਮਾਧਿਅਮ ਵਿੱਚ ਪਾਸ ਕੀਤੀ ਤੇ ਕੋਲਕਾਤਾ ਦੇ ਫੋਰਟ ਵਿਲੀਅਮ ਕਾਲਜ ਵਿੱਚ ਸੰਸਕ੍ਰਿਤ ਵਿਭਾਗ ਦੇ ਮੁਖੀ ਬਣ ਗਏ ਬਾਅਦ ਵਿੱਚ ਉਹ ਇਸੇ ਕਾਲਜ ਵਿੱਚ ਪ੍ਰਿੰਸੀਪਲ ਵੀ ਰਹੇ ਉਹਨਾਂ ਨੇ ਸੰਸਕ੍ਰਿਤ ਤੇ ਦਰਸ਼ਨ ਸ਼ਾਸਤਰ ਵਿੱਚ ਬੀਏ ਦੇ ਵਿਦਿਆਰਥੀਆਂ ਨੂੰ ਇੰਨੀ ਵਧੀਆ ਸਿੱਖਿਆ ਦਿੱਤੀ ਕਿ ਕਾਲਜ ਨੇ ਈਸ਼ਵਰ ਚੰਦਰ ਨੂੰ ਵਿਦਿਆਸાગਰ ਦੀ ਉਪਾਦੀ ਦਿੱਤੀ ਵਿਦਿਆਸਾਗਰ ਮਹਿਲਾਵਾਂ ਖਾਸ ਕਰਕੇ ਬੰਗਾਲ ਵਿੱਚ ਵਿਧਵਾਵਾਂ ਦੀ ਭਲਾਈ ਲਈ ਪ੍ਰਸਿੱਧ ਨੇ ਉਹਨਾਂ ਨੇ ਖਾਸ ਤੌਰ ਤੇ ਬਾਲ ਵਿਧਵਾਵਾਂ ਦੀ ਬਿਹਤਰੀ ਲਈ ਕੰਮ ਕੀਤਾ ਉਸ ਵੇਲੇ ਬੰਗਾਲ ਵਿੱਚ ਬਾਲ ਵਿਧਵਾਵਾਂ ਦੀ ਹਾਲਤ ਠੀਕ ਨਹੀਂ ਸੀ ਪਰ ਈਸ਼ਵਰ ਚੰਦਰ ਵਿਦਿਆਸਾਗਰ ਦੇ ਯਤਨਾਂ ਸਦਕਾ ਲੋਕਾਂ ਦੀ ਸੋਚ ਬਦਲੀ ਵਿਦਿਆਸਾਗਰ ਨੇ ਬੌ ਵਿਆਹ ਦੇ ਖਿਲਾਫ ਵੀ ਸੰਘਰਸ਼ ਕੀਤਾ ਵਿਦਿਆਸਾਗਰ ਨੇ ਮਹਿਲਾ ਸਿੱਖਿਆ ਤੇ ਅਧਿਕਾਰਾਂ ਲਈ ਕ੍ਰਾਂਤੀਕਾਰੀ ਅੰਦੋਲਨ ਚਲਾਇਆ ਸਮਾਜ ਦੇ ਕਰੜੇ ਵਿਰੋਧ ਦੇ ਬਾਵਜੂਦ ਉਨਾ ਹਿੰਦੂ ਵਿਦਵਾ ਮੂੜ ਵਿਆਹ ਲਈ ਵਿਧਾਨਪ੍ਰੀਸ਼ਦ ਵਿੱਚ ਯਾਚੀਗਾ ਦਿੱਤੀ ਆਖਿਰਕਾਰ ਲੋਰਡ ਡਲਹੌਜੀ ਨੇ ਵਿਅਕਤੀਗਤ ਤੌਰ ਤੇ ਬਿੱਲ ਨੂੰ ਅੰਤਿਮ ਰੂਪ ਦਿੱਤਾ ਤੇ ਇਸ ਤਰ੍ਹਾਂ ਹਿੰਦੂ ਵਿਦਵਾ ਮੂੜ ਵਿਆਹ ਕਾਨੂੰਨ 1856 ਹੋਂਦ ਵਿੱਚ ਆਇਆ ਈਸ਼ਵਰ ਚੰਦਰ ਨੂੰ 1855 ਵਿੱਚ ਸਕੂਲਾਂ ਦਾ ਵਿਸ਼ੇਸ਼ ਨਰੀਖਕ ਬਣਾਇਆ ਗਿਆ ਉਨਾ ਤਕਰੀਬਨ ਸਾਰੇ ਬੰਗਾਲ ਦੀ ਯਾਤਰਾ ਕੀਤੀ ਤੇ ਸਕੂਲਾਂ ਦਾ ਨਰੀਖਣ ਕੀਤਾ ਇਸ ਦੌਰਾਨ ਵਿਦਿਆਸਾਗਰ ਨੇ ਦੇਖਿਆ ਕਿ ਲੋਕ ਕਿੰਨੀ ਤਰਸਯੋਗ ਹਾਲਤ ਵਿੱਚ ਜਿਉਣ ਨੂੰ ਮਜਬੂਰ ਨੇ ਸਿੱਖਿਆ ਦੀ ਕਮੀ ਕਾਰਨ ਹਰ ਪਾਸੇ ਆਂਧਵਿਸ਼ਵਾਸ ਦਾ ਬੋਲਬਾਲਾ ਸੀ ਵਿਦਿਆਸਾਗਰ ਨੇ ਸਿੱਖਿਆ ਦਾ ਚਾਨਣ ਫੈਲਾਉਣ ਲਈ ਪੂਰੇ ਬੰਗਾਲ ਵਿੱਚ ਸਕੂਲਾਂ ਦੀ ਸਥਾਪਨਾ ਕੀਤੀ 2 ਮਹੀਨਿਆਂ ਵਿੱਚ ਹੀ ਉਹਨਾਂ ਨੇ 20 ਸਕੂਲ ਬਣਾ ਦਿੱਤੇ ਇਸਤਰੀ ਪੁਰਸ਼ ਸਮਾਨਤਾ ਨੂੰ ਹੱਲਾਸ਼ੇਰੀ ਦੇਣ ਵਾਸਤੇ

1873 ਵਿੱਚ ਉਹ ਕਰਮਾਤਾਰ बस्ती ਪਹੁੰਚੇ ਜੋ ਹੁਣ ਚਾਰਖੰਡ ਦੇ ਜਾਮਤਾਰਾ ਜ਼ਿਲ੍ਹੇ ਵਿੱਚ ਹੈ ਉੱਥੇ ਉਹ 18 ਸਾਲ ਤੋਂ ਵੱਧ ਸਮੇਂ ਲਈ ਰਹੇ ਉਹਨਾਂ ਆਪਣੇ ਆਹਾਤੇ ਵਿੱਚ ਬਾਲੜੀਆਂ ਲਈ ਸਕੂਲ ਤੇ ਬਜ਼ੁਰਗਾਂ ਲਈ ਰਾਤ ਦੀ ਪਾਠਸ਼ਾਲਾ ਖੋਲੀ ਆਪਣੇ ਉਸ ਘਰ ਨੂੰ ਵਿਦਿਆ ਸਾਗਰ ਨੰਦਨ ਕਾਨਨ ਕਹਿੰਦੇ ਸੀ ਉੱਥੇ ਉਹਨਾਂ ਨੇ ਜਨਜਾਤੀ ਲੋਕਾਂ ਦੇ ਇਲਾਜ ਲਈ ਮੁਫਤ ਹੋਮਿਓਪੈਥਿਕ ਕਲੀਨਿਕ ਵੀ ਖੋਲਿਆ ਨੰਦਨ ਕਾਨਨ ਬਾਅਦ ਵਿੱਚ ਵਿਕ ਗਿਆ ਜਿਵੇਂ ਹੀ ਲੋਕਾਂ ਨੂੰ ਇਸ ਦਾ ਪਤਾ ਲੱਗਿਆ ਤਾਂ ਉਹ ਉਸ ਨੂੰ ਬਚਾਉਣ ਲਈ ਨਿਕਲ ਪਏ 1974 ਵਿੱਚ ਬਿਹਾਰ ਦੀ ਬੰਗਾਲੀ ਐਸੋਸੀਏਸ਼ਨ ਨੇ ਘਰ ਘਰ ਜਾ ਕੇ ਇੱਕ ਇੱਕ ਰੁਪਏ ਦਾ ਚੰਦਾ ਲਿਆ ਤੇ ਉਸ ਨਾਲ ਇਕੱਠੀ ਕੀਤੀ ਰਕਮ ਨਾਲ ਨੰਦਨ ਕਾਨਨ ਨੂੰ ਮੂੜ ਖਰੀਦ ਲਿਆ ਇਸ ਮਗਰੋਂ ਉੱਥੇ ਫਿਰ ਤੋਂ ਕੁੜੀਆਂ ਦਾ ਸਕੂਲ ਸ਼ੁਰੂ ਕੀਤਾ ਗਿਆ ਤੇ ਉਸ ਦਾ ਨਾਮ ਵਿਦਿਆ ਸਾਗਰ ਸਕੂਲ ਰੱਖਿਆ ਗਿਆ ਉੱਥੇ ਹੁਣ ਵੀ ਹੋਮੋਪੈਥਿਕ ਕਲੀਨਿਕ ਚੱਲ ਰਿਹਾ ਏ ਜਿਸ ਰਾਹੀਂ ਸਥਾਨਕ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ਵਿਦਿਆ ਸਾਗਰ ਦੇ ਘਰ ਨੂੰ ਉਵੇਂ ਹੀ ਤਿਆਰ ਕੀਤਾ ਗਿਆ ਏ ਜਿਵੇਂ ਉਹਨਾਂ ਦੇ ਸਮੇਂ ਵਿੱਚ ਸੀ ਚਾਰਖੰਡ ਸਰਕਾਰ ਨੇ ਮਹਾਨ ਸਮਾਜ ਸੁਧਾਰਕ ਦੀ ਜਨਮ ਦਿਨ ਮੌਕੇ 26 ਸਤੰਬਰ 2119 ਨੂੰ ਕਰਮਾਤਾਰ ਬਲਾਕ ਦਾ ਨਾਂ ਈਸ਼ਵਰ ਚੰਦਰ ਵਿਦਿਆ ਸਾਗਰ ਬਲਾਕ ਕਰ ਦਿੱਤਾ ਭਾਰਤੀ ਡਾਕ ਵਿਭਾਗ ਉਹਨਾਂ ਉੱਪਰ ਦੋ ਵਾਰ 1970 ਤੇ 1998 ਵਿੱਚ ਡਾਕ ਨਿਕਟ ਵੀ ਜਾਰੀ ਕਰ ਚੁੱਕਾ ਹੈ ਉਨਾਤੀ 7 ਜੁਲਾਈ 1891 ਨੂੰ ਮਹਾਨ ਸਮਾਜ ਸੁਧਾਰਕ ਈਸ਼ਵਰ ਚੰਦਰ ਵਿਦਿਆਸਾਗਰ ਦਾ ਕੋਲਕਾਤਾ ਵਿਖੇ ਦੇਹਾਂਤ ਹੋ ਗਿਆ। ਮਹਾਨ ਬੰਗਾਲਾ ਕਵੀ ਮਾਈਕਲ ਮਧੂਸੂਦਨ ਦੇ ਲਫ਼ਜ਼ਾਂ ਵਿੱਚ ਵਿਦਿਆਸਾਗਰ ਵਿੱਚ ਪ੍ਰਾਚੀਨ ਕਾਲ ਦੀ ਪ੍ਰਤਿਭਾ ਅਤੇ ਬੁੱਧੀ ਹੈ, ਅੰਗਰੇਜ਼ਾਂ ਵਰਗੀ ਊਰਜਾ ਹੈ ਤੇ ਬੰਗਾਲੀ ਮਾਤਾ ਦਾ ਦਿਲ ਹੈ। ਉਸ ਮਹਾਨ ਹਸਤੀ ਨੂੰ ਨਮਨ।